ਬਾਈ ਅੱਜ ਤੋਂ ਕੋਈ 2-3 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ, ਬਾਬਾ ਪੀਪਲੀ ਵਾਲਾ ਪੀਪਲੀ ਮੂੰਹ 'ਚ ਰੱਖ ਕੇ ਵਜਾਉਂਦਾ ਪੁਰਾਣੇ ਜ਼ਮਾਨੇ ਦੇ ਗਾਣੇ। ਉਹ ਬਾਬਾ ਜੀ ਆਪਾਂ ਨੂੰ ਪਾਕ ਪਤਨ 'ਚੋਂ ਸਪੈਸ਼ਲ ਮਿਲਣ ਆਏ ਆ, ਵੀ ਕਹਿੰਦਾ ਪੂਰੀ ਦੁਨੀਆ 'ਤੇ ਬਾਈ ਤੂੰ ਮੇਰਾ ਨਾਂ ਕਰਤਾ, ਮੈਂ ਜਿੱਥੇ ਜਿੱਥੇ ਵੀ ਗਿਆ ਲੋਕਾਂ ਮੈਨੂੰ ਦੱਸਿਆ ਤਾਂ ਤੇਰੀ ਵੀਡੀਓ ਦੇਖੀ ਹੋਈ ਆ। ਸਲਾਮ ਵਾਲੇਕੁਮ ਚਾਚਾ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ? ਅੱਲਾ ਦਾ ਕਰਮ ਬੱਚਾ। ਅੱਛਾ ਸੁਣਾ, ਪਹਿਲਾਂ ਤਾਂ ਤੈਨੂੰ ਫਿਰ ਮਸ਼ਹੂਰ ਕਰਤਾ ਹੈ? ਜੀ ਜੀ, ਬੜਾ ਮਾਸ਼ਾਅੱਲਾ, ਬੜੀ ਦੁਨੀਆ ਵੇਖ ਰਹੀ ਮੈਨੂੰ। ਮੈਂ ਕਿਹਾ ਯਾਰ ਜਾ ਕੇ ਮੈਂ ਸਪੈਸ਼ਲ ਦੁਬਾਰਾ ਮਿਲਣਾ ਮੁੰਡੇ ਨੂੰ। ਬੜੇ ਬੜੇ ਬਾਹਰ, ਸਾਡਾ ਮੁੰਡਾ ਗਲੰਬਰਦਾਰ ਦਾ, ਉਹ ਇੰਗਲੈਂਡ ਤੋਂ ਆਇਆ ਤੇ ਕਹਿੰਦਾ ਕਮਾਲ ਤੇਰਾ ਬਾਬਾ, ਬੜੀ ਛਾਇਆ ਕੀਤੀ ਹੈ ਤੇਰੀ। ਇੰਗਲੈਂਡੋਂ ਆਇਆ ਸੀ? ਜੀ ਇੰਗਲੈਂਡ ਤੋਂ ਆਇਆ ਸੀ। ਅੱਛਾ, ਇੰਗਲੈਂਡਾਂ ਤੱਕ ਗਈ ਪਈ ਹੈ ਤੇਰੀ ਵੀਡੀਓ? ਹੈ ਬੜੇ ਬੜੇ ਦੂਰ ਤੱਕ ਜਾਂਦੀ ਹੈ, ਬੜੀ ਬੜੀ ਦੂਰ ਦੂਰ। ਮੈਨੂੰ ਕਹਿੰਦੇ ਨੇ ਬਾਬਾ ਕਿੱਥੇ ਤਸਵੀਰਾਂ ਤੇਰੀਆਂ ਬਾਹਰ ਦੇ ਮੁਲਕ 'ਚ ਆਇਆ। ਕਿਆ ਬਾਤ ਹੈ! ਦਾ MN ਹੈਗਾ ਰਾਣਾ ਜ਼ੈਦ, MN ਉੱਥੋਂ ਦਾ ਰਾਣਾ ਜ਼ੈਦ। ਅੱਛਾ, ਉਹਨਾਂ ਮੈਨੂੰ ਬੁਲਾ ਲਿਆ ਦਫ਼ਤਰ 'ਚ, ਕਹਿੰਦੇ ਬਾਬਾ ਜੀ ਬੜੀ ਦੂਰ ਤੱਕ ਤੇਰੀ ਵੀਡੀਓ, ਮਾਸ਼ਾਅੱਲਾ। ਬਾਬਾ ਰਾਜ਼ੀ ਹੈ ਸਾਡੇ ਤੇ? ਹੈ ਰਾਜ਼ੀ ਆ, ਬਹੁਤ ਰਾਜ਼ੀ ਆ, ਕੰਨਾ ਜਿਗਰ ਰਾਜ਼ੀ ਆ, ਬੜਾ ਰਾਜ਼ੀ ਆ। ਅੱਛਾ, ਹੁਣ ਸਪੈਸ਼ਲ ਤੇ ਸਾਨੂੰ ਮਿਲਣਾ ਹੈ ਜੀ? ਆ ਫਿਰ ਕੋਈ ਨਵੀਂ ਸ਼ਹਿਰ ਤਿਆਰ ਕਰਕੇ ਲਿਆਏ ਆ। ਹਾਂਜੀ, ਮੈਂ ਤੇਰੀਆਂ ਮਹਿੰਦੀਆਂ ਲਾਵਾਂ, ਤੇਰੀ ਮਹਿੰਦੀਆਂ ਗਾਵਾਂ। ਚੱਲ ਹੁਣ ਤੁਹਾਨੂੰ ਮੈਂ ਗਾਣਾ ਸੁਣਾਵਾਂ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ। ਨਹਿਰ ਵਾਲੇ ਪੁਲ 'ਤੇ ਬੁਲਾ ਕੇ ਆਪਣਾ ਨੂਰਜਾਨ ਦਾ ਗਾਣਾ ਹੈ, ਇੱਕ ਇੱਕ ਸ਼ਾਹ ਚੰਨਾ ਲੱਭ ਕੇ ਸਜਾਈ ਹੈ। ਇੱਕ ਵਾਰੀ ਦੁਬਾਰਾ ਦੱਸੀ? ਇੱਕ ਇੱਕ ਸ਼ਾਹ ਚੰਨਾ ਲੱਭ ਕੇ ਸਜਾਈ ਹੈ ਨੂਰਜਾਨ ਦਾ। ਹਾਏ ਹਾਏ, ਸੁਣਾ ਦੇ ਫਿਰ, ਅੱਗ ਲਾ ਦੇ। ਕਿਆ ਬਾਤ ਹੈ! ਲੈ ਵੇ ਚਾਚਾ, ਤੂੰ ਅੱਜ ਮੇਲਾ ਲੁੱਟ ਲਿਆ, ਬਾਲੇ ਗਾਣੇ ਹੋ ਗਏ ਵੀ ਸ਼ਹਿਜ਼ਾਦਿਆ ਚੱਸ ਕਰਾਤੀ ਆ। ਮੇਰੀ ਦੁਆ ਹੈ ਅੱਲਾ ਪਾਕ, ਇਹ ਦੁਨੀਆ ਸਾਡੀ, ਇਹ ਸਾਡੀ ਧਰਤੀ, ਅੱਲਾ ਕਰੇ ਵਸਦੀ ਰਹੇ, ਸਦਾ ਆਬਾਦ ਰਹੇ। ਇਹ ਸਾਡੀ ਜਿਹੜੀ ਆਵਾਮ ਹੈ, ਜਿੰਨੀ ਦੁਨੀਆ ਅੱਲਾ ਪਾਕ ਬਾਦ ਰੱਖੇ, ਇਹਨਾਂ ਤੱਤੀ ਬਾਗ ਨਾ ਰੱਖੇ। ਅਤੇ ਬਾਕੀ ਮੇਰੀ ਗੁਜ਼ਾਰਿਸ਼ ਹੈ ਕਿ ਮੈਂ ਬਿਲਕੁਲ ਗਰੀਬ ਹਾਂ ਅਤੇ ਬੁੱਢਾ, ਹੁਣ ਮੇਰੇ ਕੋਲ ਕਾਰੋਬਾਰ ਹੈ ਨਹੀਂ ਹੁੰਦਾ, ਅਤੇ ਮੈਨੂੰ ਕੋਈ ਇਮਦਾਦ ਕੀਤੀ ਜਾਵੇ ਕਿ ਜਿਹੜਾ ਮੈਂ ਜਿਹੜਾ ਨਾ ਆਪਣਾ ਕਾਰੋਬਾਰ ਕਰ ਸਕਾਂ। ਮੇਰੀਆਂ ਬੱਚੀਆਂ 4 ਨੇ, ਪੁੱਤਰ ਕੋਈ ਨਹੀਂ ਮੇਰੇ ਕੋਲ, ਬਾਕੀ ਅਲਕਰਾਜ ਬੈਠਾ, ਅੱਲਾ ਦਾ ਆਸਰਾ ਹੈ ਬਸ। ਹਾਂਜੀ, ਅੱਲਾ ਤੁਹਾਡੇ ਮਾਂ ਪਿਓ ਦੀ ਖੈਰ ਕਰੇ। ਮੈਂ ਤੇਰੇ ਵਾਸਤੇ ਜੋ ਕਹੇਗਾ ਉਹ ਕਰ ਦਿੰਦਾ, ਜੋ ਤੂੰ ਮੈਨੂੰ ਹੁਕਮ ਲਾਏਗਾ। ਪੁੱਤਰ ਕਾਰੋਬਾਰ ਵਾਸਤੇ ਪੈਸੇ ਲੱਭਣਾ ਮੇਰੇ ਕੋਲ, ਹੁਣ ਜਿਹੜਾ ਨਾ ਤੂੰ ਕੀ ਕਾਰੋਬਾਰ ਕਰ ਸਕਦਾ? ਮੈਂ ਕੋਈ ਨਾ ਕੋਈ ਰੇੜੀ ਬਣਾਵਾਂ ਚੰਗੀ, ਕੋਈ ਸ਼ਰਬਤ ਦਾ ਕੰਮ ਕਰਾਂ ਕਿ ਮੇਰੇ ਬੱਚਿਆਂ ਦੀ, ਮੇਰੀਆਂ 4 ਬੱਚੀਆਂ, ਉਹਨਾਂ ਵਾਸਤੇ ਮੈਂ ਕੋਈ ਜੇਬ ਬਣਾਵਾਂ, ਕੋਈ ਆਪਣਾ ਸਮਾਨ ਬਣਾਵਾਂ। ਹੁਣ ਬੁੱਢਾ ਹੋ ਗਿਆ। ਉਹ ਨਹੀਂ, ਅੱਲਾ ਖੈਰ ਕਰੇ। ਚੱਲ ਰੇੜੀ ਲਾ ਦਵਾਂ ਤੈਨੂੰ, ਚੰਗੀ ਰੇੜੀ ਲਵਾ ਦਈਏ, ਹੈ ਸ਼ਰਬਤ ਵਾਲੀ ਰੇੜੀ ਜਾਂ ਕੋਈ ਜਿਹੜੀ ਵੀ ਚੀਜ਼ ਆਏਗੀ ਉਸ ਸੀਜ਼ਨ ਬਾਈ ਸੀਜ਼ਨ ਲਾ ਲਈ ਤੂੰ। ਜੇ ਆਪਣੇ ਰੰਗ ਸ਼ਾਹ ਦੇ ਉੱਤੇ ਬਣਾਵਾਂ ਅੱਡੇ ਦਾ, ਆਪਣੇ ਪਿੰਡ ਬੱਚਿਆਂ ਦੇ ਕੋਲ, ਉੱਥੇ ਬਣਾਵਾਂ ਕਾਰੋਬਾਰ ਮੈਂ, ਅਤੇ ਬਸ ਹੁਣ ਮੈਂ ਰਹਿ ਗਿਆ ਪੁੱਤਰ। ਕਿਸੇ ਚੀਜ਼ ਦਾ ਠੀਆ ਲਾਏ ਜਿਹੜਾ ਤੈਨੂੰ ਇੱਦਾਂ ਤੁਰਨਾ ਫਿਰਨਾ ਨਾ ਪਵੇ। ਬਸ ਹੁਣ ਮੇਰੇ ਆਪਣੀ ਇਹ ਵੀ ਫਨਕਾਰੀ ਕੀਤੀ ਰੱਖੀ ਉੱਥੇ ਕੀ ਵਜ੍ਹਾ ਕਿ ਮੇਰੀਆਂ ਲੱਤਾਂ ਜੈਸੇ ਫਿਰਦਾ ਨਾ, ਮੈਨੂੰ ਰਾਤੀ ਸੁੱਤੇ ਪੈ ਛਟਕੇ ਵੱਜਦੇ ਨੇ। ਅਸਲ ਮੈਂ ਦੱਸਾਂ, ਹੁਣ ਮੇਰੀ ਬਸ ਹੋ ਗਈ, ਹੁਣ ਬਸ ਹੋ ਗਈ।
ਅੱਲਾ ਦਾ ਆਸਰਾ ਬਸ, ਹੋਰ ਮੈਂ ਕੁਛ ਨਹੀਂ ਕਰ ਸਕਦਾ। ਹੌਸਲਾ ਨਹੀਂ ਛੱਡੀਦਾ ਜ਼ਿੰਦਗੀ ਤੋਂ। ਆ ਜਾ ਮੈਂ ਤੇਰੇ ਨਾਲ, ਜਿੰਨੇ ਜੋਗਾ ਮੈਂ ਆ ਮੈਂ ਵੀ ਕਰਦਾ, ਤੇ ਮੈਂ ਆਪਣੇ ਵੀਰਾਂ ਨੂੰ ਵੀ ਕਹਿ ਦਿੰਦਾ ਜੇ ਕੋਈ ਤੇਰੀ ਮਦਦ ਕਰਨਾ ਚਾਹੇਗਾ, ਜੇ ਤੇਰੇ ਵਾਸਤੇ ਕੋਈ ਮਦਦ ਭੇਜੂਗਾ ਮੈਂ ਤੈਨੂੰ ਦਿਆਂਗਾ, ਅਲਾਈ ਮੋਰ ਤੇਰੇ ਤੱਕ ਪਹੁੰਚਾਵਾਂਗਾ ਇਨਸ਼ਾਅੱਲਾ ਤਾਲਾ। ਵਸੀਲੇ ਰੱਬ ਨੇ ਬਣਾਉਣੇ ਹੁੰਦੇ ਆ ਬਾਈ ਜੀ, ਵਸੀਲਾ ਤਾਂ ਰੱਬ ਨੇ ਬਣਾਉਣਾ ਹੁੰਦਾ ਵਾ। ਅਤੇ ਜੇ ਮੇਰਾ ਕੋਈ ਵੀ ਭਰਾ ਬਾਬਾ ਜੀ ਦੀ ਖਿਦਮਤ ਕਰਨੀ ਚਾਹੇ ਤਾਂ ਤਾਬੇਦਾਰ ਆ ਬਾਈ, ਬਹੁਤ ਜ਼ਰੂਰੀ ਗੱਲ ਆ, ਇਹ ਚੰਗੀ ਗੱਲ ਆ। ਤੁਸੀਂ ਆਪਣੇ ਮਾਲ ਦੇ ਵਿੱਚੋਂ ਜੇ ਕਿਸੇ ਦੀ ਖਿਦਮਤ ਕਰੋਗੇ, ਬਾਕੀ ਮੈਂ ਵੀ ਬਜ਼ੁਰਗਾਂ ਦੀ ਕੋਈ ਇਮਦਾਦ ਕਰਦਾ ਵਾਂ, ਅਤੇ ਤੁਸੀਂ ਅਗਰ ਭੇਜਣੀ ਹੋਵੇ ਕਿਸੇ ਨੇ ਇਮਦਾਦ, ਤਾਂ ਬਾਈ ਬਜ਼ੁਰਗਾਂ ਵਾਸਤੇ ਭੇਜੋ। ਇਹਨਾਂ ਦਾ ਆਪਾਂ ਅਹਿਸਾਸ ਕਰਨਾ, ਉਹਨਾਂ ਨੇ ਜਿਹੜੀ ਗੱਲ ਆ ਨਾ ਸਾਰੀ ਖੋਲ੍ਹ ਕੇ ਆਪਾਂ ਨੂੰ ਦੱਸ ਦਿੱਤੀ ਹੈ। ਅਤੇ ਆ ਜਾਓ ਬਜ਼ੁਰਗੋ, ਚਲੀਏ। ਬਹੁਤ ਰਾਜ਼ੀ ਹਾਂ ਪੁੱਤਰ, ਅੱਲਾ ਪਾਕ ਤੈਨੂੰ ਬਹੁਤ ਦੇਵੇ, ਬੜਾ ਰਾਜ਼ੀ ਹਾਂ ਤੇਰੇ 'ਤੇ, ਬਹੁਤ ਰਾਜ਼ੀ ਹਾਂ। ਥੋੜੇ ਬਹੁਤ ਆ ਜਿਹੜੇ ਦਿੱਤੇ ਮੈਂ, ਜਿੰਨਾ ਕੁ ਜਿੰਨੇ ਦਿਨ ਲੰਘਣੇ ਇਹਨਾਂ ਨਾਲ ਗੱਲ ਵੀ ਠੀਕ ਹੈ, ਅਤੇ ਬਾਕੀ ਹਫ਼ਤੇ ਕੁ ਦੇਰ ਫਿਰ ਤੂੰ ਮੇਰਾ ਰਾਬਤਾ ਕਰ ਲਈ ਹੈ। ਨੰਬਰ ਮੈਂ ਤੇਰੇ ਮੋਬਾਈਲ ਸੇਵ ਕਰਤਾ, ਇਹ ਵੰਡਣਾ ਨਹੀਂ ਹੈ, ਦੇਣਾ ਨਹੀਂ ਹੈ ਕਿਸੇ ਨੂੰ। ਨਾ ਨਾ ਹਾਂ, ਅਤੇ ਡਾਇਰੈਕਟ ਮੇਰੇ ਨਾਲ ਰਾਬਤਾ ਕਰਨਾ, ਠੀਕ ਹੈ ਬੜੀ, ਸਹੀ ਹੋ ਗਿਆ। ਅੱਲਾ ਪਾਕ ਤੇਰੀ ਬਾਤ ਰੱਖੇ, ਅੱਲਾ ਤੇਰੇ ਯਾਤਰੀ ਕਰੇ। ਹੁਣ ਕਿੱਥੇ ਜਾਣਾ ਫਿਰ ਵਾਪਸੀ? ਹੁਣ ਬਸ ਘਰ ਜਾਵਾਂਗਾ ਵਾਪਸੀ। ਹੈ ਬਸ ਤੇਰੇ ਤਕਰਾਇਆ ਸੋਣ, ਵਾਪਸੀ ਜਾ ਰਿਹਾ। ਚਲੋ ਬਾ ਠੀਕ ਹੈ, ਅੱਲਾ ਦੇ ਵਾਲੇ ਹੈ, ਅੱਲਾ ਪਾਕ ਰੱਬ ਰੱਖਾ, ਹਾਂਜੀ ਅੱਲਾ ਚੰਗੀਆਂ ਕਰੂ, ਅੱਲਾ ਪਾਕ। ਅਬ ਜਾ ਕੇ ਹੈ ਤਾਂ ਤੁਹਾਡੇ ਦੇ।